ਤੇ ਫਲਾ ਫਲਾ ਲਾੜ ਲਡਾਵਾਂਗੀ ਮੌਤ ਕਹਿੰਦੀ ਏ ਮੈਂ ਉਹ ਮੌਤ ਹਾਂ ਇਸ ਮਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦੇਨੇ ਹਾਂ ਲੋਗੋ ਮੈਂ ਉਹ ਮੌਤ ਹਾਂ ਅਨਲ ਮੌਤ ਲਾਜ਼ੀ ਉਫਰਕੋ ਬੈਨਾ ਕੁਲ ਹਬੀਬ ਮੈਂ ਉਹ ਮੌਤ ਜਿਹੜੀ ਯਾਰਾਂ ਨੂੰ ਯਾਰਾਂ ਕੋਲੋਂ ਜੁਦਾ ਕਰਕੇ ਲੈ ਜਾਂਦੀ ਹਾਂ ਅਨਲ ਮੌਤ ਲਾਜ਼ੀ ਉਫਰ ਬੁੱਧਿਆਰ ਅਵਲ ਕਸੂਦੋਂ ਮੈਂ ਹੱਸਦਿਆਂ ਵਸਦਿਆਂ ਕਰਾਂ ਨੂੰ ਜੰਗਲ ਤੇ ਬਿਆਬਾਨ ਕਰ ਦੇਨੀ ਹਾਂ ਅਮੀ ਮੌਤ ਕਿਸੇ ਨੂੰ ਨਾ ਛੋੜ ਦਿਜੇ ਅਮੀ ਮੌਤ ਕਿਸੇ ਨੂੰ ਨਾ ਛੋੜ ਦਿਜੇ ਚੁਨ ਚੁਨ ਕੇ ਕਲੀਆਂ ਤੋੜ ਦਿਜੇ ਮੁੱਖ ਆਪਣਿਆਂ ਵੱਲੋਂ ਮੋੜ ਦਿਜੇ ਕਹੋ ਲਾ ਇਲਾਹਾ ਇਲੱਲਾ ਰੱਖ ਯਾਦ ਕਬਰ ਦੀਆਂ ਕੰਧਾਂ ਨੂੰ ਰੱਖ ਯਾਦ ਕਬਰ ਦੀਆਂ ਕੰਧਾਂ ਨੂੰ ਭੁੱਲ ਨਾ ਜਾਵੀਂ ਬੰਦਿਆ ਕਫਨ ਦਿਆਂ ਬੰਦਾਂ ਨੂੰ ਛੱਡ ਜਾ ਨਹੀਂ ਜ਼ਰ ਫਰਜ਼ੰਦਾਂ ਨੂੰ ਕਹੋ ਲਾ ਇਲਾਹਾ ਇਲੱਲਾ ਬੰਦਿਆ ਜਹਾਨ ਉੱਤੇ ਘੜੀ ਨਾ ਗੁਮਾਨ ਸਦਾ ਨਹੀਂ ਰਹਿਣਾ ਇੱਥੇ ਕਿਸੇ ਇਨਸਾਨ ਬਰੇ ਬਰੇ ਰਾਜਿਆਂ ਨੂੰ ਮੌਤ ਨੇ ਨਾ ਛੋੜਿਆ ਬਰੇ ਬਰੇ ਰਾਜਿਆਂ ਨੂੰ ਮੌਤ ਨੇ ਨਾ ਛੋੜਿਆ ਜਿਹਦੇ ਉੱਤੇ ਦਿਲ ਆਇਆ ਉਹ ਫੁੱਲ ਤੋੜਿਆ ਹਰੇ ਬਰੇ ਬਾਗ ਕਈ ਹੋ ਗਏ ਵੀਰਾਨ ਬੰਦੇ ਆ ਜਹਾਨ ਉੱਤੇ ਕਰੀ ਨਾ ਗੁਮਾਨ ਅੱਲਾਹ ਦਾ ਕੁਰਾਨ ਇਰਾਨ ਫਰਮਾ ਰਿਹਾ ਕੁੱਲ ਯਾਤਾ ਵਫਾ ਕੋ ਮਾਲਾ ਕੁੱਲ ਮੌਤ ਲਾਜ਼ੀ ਵਕੀਲ ਬਿਕੁਮ ਸੁਮ ਇਲੋ ਰੱਬ ਕੋ ਤੁਰ ਜਾਓ ਫਰਮਾਇਆ ਬੰਦਿਆ ਮੌਤ ਨਹੀਂ ਵੇਖਣਾ ਕਿ ਤੈਨੂੰ ਤੇਰੀ ਔਲਾਦ ਦੀਆਂ ਤੈਨੂੰ ਜ਼ਰੂਰਤਾਂ ਨੇ ਤੇਰੀ ਬੇਟੀਆਂ ਦੀ ਤੈਨੂੰ ਲੋੜਾਂ ਨੇ ਮੌਤ ਨਾ ਕਿਸੇ ਦੀ ਲੋੜ ਵੇਖਦੀ ਹੈ ਨਾ ਥੋਰ ਵੇਖਦੀ ਹੈ ਜਦੋਂ ਮੌਤ ਦਾ ਪੈਗਾਮ ਆਉਣਾ ਮੌਤ ਨੇ ਤੇਰੀਆਂ ਲੋੜਾਂ ਥੋੜਾਂ ਨਹੀਂ ਵੇਖਣੀਆਂ ਮੌਤ ਫਿਰ ਤੇਰੇ ਆ ਕੇ ਰਹਿਣੀ ਹੈ ਮੌਤ ਜਦੋਂ ਕਿਸੇ ਨਬੀ 'ਤੇ ਆ ਜੀ ਉਹਨੂੰ ਮੌਕਾ ਨਹੀਂ ਅਤਾ ਕਰਦੀ ਨਾ ਨਬੀ ਜ਼ਾਦੇ ਅਤੇ ਨਾ ਨਬੀ ਘਰ ਵਾਲਿਆਂ ਦੇ ਅੰਦਰ ਅੱਲਾਹ ਰੱਬੁਲ ਆਲਮੀਨ ਦਾ ਕੁਰਾਨ فرمایا کل من علیہ فا ویبقى وجہ ربک ذو الجلال والاکرام ویکھ لے جگاں دے پیر اللہ نے ساری کائنات دا سردار بنایا اللہ ساری کائنات دا امام بنان والے جگاں دے پیر دی عمر اجے پنج یا ساڑھے پنج سالاں دی اللہ دے پیغمبر جدو دنیا دے اندر آئے نے اللہ باپ پہلے ہی دنیا تو لے گئے اللہ دی قسم ہے دلو لوگو دنیا دے اندر نہیں ویکھے ہو اے جناب کسے دا جنازہ پرن جائیے لوگ کہندے یار اللہ معاف کرے جڑا بندہ دنیا دے اندر جا رہا ہے نو یار دا ایک سال دا بچہ یتیم ہو گیا یار جڑا دنیا تو جان والا ہے اے دی جناب اجی چند مہینیاں دی بچی سی یار اس بچی یتیم ہو گئی ہے لیکن میں صدقے تے قربان جاواں ساری کائنات دے سردار پیغمبر تو اللہ دے نبی دنیا دے اندر آئے نہیں اللہ نے پہلے ہی یتیم کر دیتا ہے علم یا جد کو یتیمن و آوا اللہ دنیا دے آؤں تو پہلے یتیم پیدا فرما دیتا ہے اللہ فرمان دے نے سونے ہو جدو دنیا دے اندر آیا سے تے یتیم پیدا ہویا سے اسی اینیاں عظمتاں عطا کر دیاں گے اینیاں شانہ عطا کر دیاں گے سونے تینو درے یتیم بنا دیاں گے اللہ دے باپ پیغمبر جناب محمد صلی اللہ علیہ وسلم آپ دی عمر بمبارک جناب اجے چھ